दिल्ली के चांदनी चौक विच भेट किया। हिंदू धर्म की रक्षा से जदों औरंगजेब ने हिंदू धर्म से अत्याचार करने शुरू कर दिते, उन्होंने मंदिर ढाने शुरू कर दिते, तिलक लाने शुरू कर दिते, सवा सवा मन जन्यू एक दिन विच लाउन लगा, सवा सवा मन एक दिन विच जन्यू लैन लगा। उदो फिर एक कश्मीरी पंडित की एक टोली जिन्हां दी अगुवाई पंडित कृपा राम जी कर रहे सन, ਉਹ ਮੰਜਲੋ ਮੰਜਲੀ ਚੱਲ ਕੇ ਕਸ਼ਮੀਰ ਤੋਂ ਆਨੰਦਪੁਰ ਸਾਹਿਬ ਪਹੁੰਚੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਆਪਣੀ ਫਰਿਆਦ ਲੈ ਕੇ ਜਦੋਂ ਆਪਣੀ ਸਾਰੀ ਵਿਥਿਆ ਦੱਸੀ ਕਿ ਸਾਡੇ ਧਰਮ ਨੂੰ ਖਤਰਾ ਹੈ, ਤੇ ਗੁਰੂ ਸਾਹਿਬ ਜੀ ਇੱਕਦਮ ਉਹਨਾਂ ਦੀ ਗੱਲ ਸੁਣ ਕੇ ਖਾਮੋਸ਼ ਹੋ ਗਏ ਤੇ ਬਾਲ ਗੋਬਿੰਦ ਰਾਏ ਕੋਲ ਖੇਡਦੇ ਸੀ। ਕਹਿੰਦੇ ਪਿਤਾ ਜੀ ਇਹ ਬੜੇ ਦੁਖੀ ਲੱਗਦੇ ਨੇ। ਕਹਿੰਦੇ ਹਾਂ ਪੁੱਤਰ, ਇਹਨਾਂ ਦੇ ਧਰਮ ਨੂੰ ਖਤਰਾ ਹੈ, ਕਿਵੇਂ ਬਚ ਸਕਦਾ ਇਹਨਾਂ ਦਾ ਧਰਮ। ਆਖਿਆ ਜੇ ਕੋਈ ਗੁਰੂ ਪੀਰ ਇਹਨਾਂ ਦੇ ਧਰਮ ਵਾਸਤੇ ਕੋਈ ਬਲੀਦਾਨ ਦੇਵੇ, ਸ਼ਹੀਦੀ ਦੇਵੇ, ਇਹਨਾਂ ਦਾ ਧਰਮ ਬਚ ਸਕਦਾ ਹੈ। ਬਾਲ ਗੋਬਿੰਦ ਰਾਏ ਨੇ ਆਖਿਆ, ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ? ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋ ਆਪ, ਤੇ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਉਹਨਾਂ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸਾਡਾ ਗੁਰੂ ਤੇਗ ਬਹਾਦਰ ਜੀ ਧਰਮ ਇਸਲਾਮ ਕਬੂਲ ਕਰ ਲਏਗਾ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਾਂਗੇ। ਜਿਹੜੇ ਆਪ ਸ਼ਬਦ ਪੜ੍ਹ ਰਹੇ ਹੋ, ਜਿਹੜਾ ਇਹ ਅਰਦਾਸ ਵਿੱਚ ਹੈ, ਤਾਂ ਸਾਰੇ ਅਰਦਾਸ ਕਰਦੇ ਨੇ ਕਿ ਗੁਰੂ ਸਾਹਿਬ ਜੀ ਕਿੱਥੇ ਕਿੱਥੇ ਸਹਾਈ ਹੁੰਦੇ ਨੇ, ਸਭ ਥਾਂ ਕਿਵੇਂ ਹੁੰਦੇ ਨੇ, ਉਹ ਵੀ ਵਿਚਾਰ ਕਰਾਂਗੇ। ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ, ਬਹਾਦਰ ਸਿਮਰਿਐ ਅਨੰਤ ਆਵੈ ਤਾਈ, ਕਸ਼ਮੀਰੀ ਪੰਡਿਤਾਂ ਨੇ ਜਾ ਕੇ ਇਹ ਹੀ ਔਰੰਗਜ਼ੇਬ ਨੂੰ ਆਖਿਆ। ਬੜਾ ਖੁਸ਼ ਹੋਇਆ ਕਿ ਸਾਰਿਆਂ ਨੂੰ ਮਨਾਉਣਾ ਬੜਾ ਔਖਾ ਹੈ, ਪਰ ਇੱਕ ਬੰਦੇ ਨੂੰ ਮਨਾ ਲੈਣਾ ਬੜਾ ਸੌਖਾ ਹੈ। ਤੇ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਤੁਸੀਂ ਭਾਈ ਸਾਡੇ ਕੋਲ ਪੇਸ਼ ਹੋਵੋ, ਆਪਣੇ ਸਿੰਘਾਂ ਸਾਥੀਆਂ ਦੇ ਨਾਲ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਨਾਲ, ਭਾਵੇਂ ਇਤਿਹਾਸ ਹੋਰ ਵੀ ਦੋ ਸਿੰਘਾਂ ਦਾ ਨਾਮ ਲੈਂਦਾ। ਦਿੱਲੀ ਪਹੁੰਚੇ, ਉੱਥੋਂ ਗੁਰੂ ਸਾਹਿਬ ਜੀ ਨੂੰ ਆਗਰੇ ਲੈ ਗਏ, ਸੋਰੀ ਆਗਰੇ ਪਹੁੰਚੇ, ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਉਹਨਾਂ ਅੱਗੇ ਇਹ ਸ਼ਰਤਾਂ ਰੱਖੀਆਂ ਗਈਆਂ ਕਿ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ, ਆਪਣਾ ਧਰਮ ਛੱਡ ਦਿਓ, ਜਾਂ ਕੋਈ ਕਰਾਮਾਤ ਵਿਖਾਓ, ਤੇ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ।
ਤੇ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਆਪਣਾ ਧਰਮ ਨਹੀਂ ਬਦਲ ਸਕਦੇ, ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੈ। ਕਰਮ ਆਦਿ ਵਿਖਾਉਣਾ ਕਹਿਰ ਦਾ ਨਾਮ ਹੈ, ਰੱਬ ਦੇ ਸ਼ਰੀਕ ਬਣਨ ਦੇ ਬਰਾਬਰ ਹੈ। ਅਸੀਂ ਮੌਤ ਲਈ ਤਿਆਰ ਹਾਂ, ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਉਹਨਾਂ ਨੇ ਭਾਈ ਮਤੀ ਦਾਸ ਨੂੰ ਵੇਜਾ ਪੁੱਛਿਆ ਤੇ ਮਤੀ ਦਾਸ ਨੇ ਵੀ ਆਖਿਆ ਨਹੀਂ ਮੈਨੂੰ ਆਪਣਾ ਧਰਮ ਪਿਆਰਾ ਹੈ। ਆਖਿਆ ਇਸ ਆਰੇ ਦੇ ਨਾਲ ਤੈਨੂੰ ਚੀਰ ਦਿੱਤਾ ਜਾਏਗਾ ਜਿਵੇਂ ਇੱਕ ਲੱਕੜੀ ਨੂੰ ਚੀਰ ਦਿੱਤਾ ਜਾਂਦਾ ਹੈ। ਪਰ ਨਹੀਂ, ਜਦੋਂ ਮੰਨਿਆ ਆਖਿਆ ਤੇਰੀ ਅੰਤਮ ਇੱਛਾ, ਆਖਿਆ ਮੇਰੀ ਅੰਤਮ ਇੱਛਾ ਇਹੀ ਹੈ, ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਕਰ ਦਿਓ, ਜਿਸ ਪਾਸੇ ਮੇਰੇ ਗੁਰੂ ਜੀ ਹਨ, ਗੁਰਦੇਵ ਪਦ ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ, ਤੇਰੇ ਨਾਲ ਸਿਮਰੀਐ ਹਰ ਪਾਉਣ ਨਿਰਾਲੈ ਤਾਰੇ, ਤੇਰੇ ਨਾਲ ਸਿਮਰੀਐ ਅਰਦਾਸ ਵਿੱਚ ਇਹ ਸ਼ਬਦ ਨੇ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਨੇ, ਜਿਸ ਨੂੰ ਵਧਾਇਆ ਤੇ ਘਟਾਇਆ ਨਹੀਂ ਜਾ ਸਕਦਾ। ਭਾਈ ਮਤੀ ਦਾਸ ਨੂੰ ਲੱਕੜਾਂ ਵਿੱਚ ਜਕੜ ਕੇ ਆਰੇ ਦੇ ਨਾਲ ਚੀਰ ਦਿੱਤਾ ਗਿਆ। ਫਿਰ ਭਾਈ ਸਤੀ ਦਾਸ ਨੂੰ ਵੀ ਇਸੇ ਤਰ੍ਹਾਂ ਇਸਲਾਮ ਨਾ ਕਬੂਲਣ ਤੇ ਰੋਈ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਭਰਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਆਖਿਆ ਤੇਰੀ ਕੋਈ ਅੰਤਮ ਇੱਛਾ? ਆਖਿਆ ਮੈਂ ਇਸ਼ਨਾਨ ਕਰਾਂਗਾ। ਉੱਥੇ ਖੂਹ ਸੀ ਜਿੱਥੇ ਰਸਤਾ ਸੀ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇੱਕ ਪਿੱਪਲ ਦਾ ਦਰਖਤ ਸੀ ਤੇ ਗੁਰੂ ਸਾਹਿਬ ਜੀ ਨੇ ਉੱਥੇ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕੀਤਾ। ਆਖਿਆ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਪੂਰਾ ਹੋ ਜਾਏ, ਜਲਾਦ ਨੂੰ ਆਖਿਆ ਮੇਰਾ ਸੀਸ ਕੱਟ ਲੈਣਾ। ਤੇ ਜਦੋਂ ਆਖਿਆ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਗੁਜਰੇ ਕੇਤੀ ਛੁੱਟੀ ਨਾਲ, ਉਸ ਟਾਈਮ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ।
उस समय बहुत सारी हनेरी आई, बहुत सारी हनेरी आई। उस हनेरी का फायदा लेंदे होया गुरु जी दे प्यारे सिख भाई जैता जी जेडे बाद विच अमर छक के भाई जीवन सिंह जी बने, उन्हां गुरु जी का सीस चुक के मंजलो मंजली आनंदपुर साहब वल तुर पए। ते जदों उन्हां नूं रात पै गई तरावड़ी करनाल दे नेड़े दिल्ली तों गए, जदों उन्हां नूं रात पै गई बच्चे सब रात पै गई ते उन्हां ने सोचिया हुण रात कित्थे कटीए। झाड़िया के ओले भाई जैता जी झाड़िया के ओले आख्या इत्थे बैठ के रात गुजार लवांगा, गुरु जी का सीस भी कोल है। उत्थे एक धोबी जेड़ा कपड़े धोंदा सी वह भी उत्थे सी, उन्हों आवाज आई आख्या तू कौन है, बोले नहीं क्योंकि सरकार का डर सी, इस तरह कोई सीस लजा नहीं सी सकता। दोबारा फिर आवाज मारी है गुरु के सिखा मैं भी गुरु नानक का सिख हाँ, आवाज तो दे। जो वेख्या किसी अपने की आवाज है आख्या मैं दिल्ली तो आया मैं रात रहना, आख्या चलो मेरे घर चलो। गुरु का नाम लैण ते विश्वास हो गया कि गुरु का सिख है। नाल तुर पे ते जाके आख्या तुसी इत्थे मंजे ते बैठो भाई जैते नूं कि जिहड़ा तेरे कोल समान है लिया मैं अलमारी च रख दिंदा। ते आख्या नहीं ये समान मेरे कोल ही रहेगा। समान मेरे कोल ही रहेगा। उस घर विच भाई जैते जी ने बैठ के रात कट्टी, आनंदपुर साहब जाण तक पंज पड़ा कीते, पंज जगह ठहरे सी। क्योंकि पैदल जाना सी, अजकल शायद पंज छे सत घंटे भी जा सकदा बंदा गड्डी ते। ते जदों सवेरे तुरन लगा ते भाई जैता आख्या गुरु के सिखा तू गुरु गोबिंद सिंह कोल आनंदपुर साहब जा रहा है ना, ते मैं एक चादर सुखी सी कि गुरु तेग बहादुर जी नूं भेटा करनी है, हुण वो प्रचारक दौरे ते रहिंदे ने ते कदे मेल नहीं होया दर्शन नहीं होए। उदों भाई जैते जी दी अखां विचों अथरू आ गए ते आख्या जिन्हां नूं तूं चादर भेंट करनी है उदों तेरे घर विच आए होए ने। तां ही गुरु गोबिंद सिंह महाराज जी ने यह वचन आखे, तेग बहादुर सिमरै घर नौन दियावै ताए, सब थाई होए सहाय इक जगह नी सब थाई। सब थाई होए सहाय Yeah.
ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਨੰਦਪੁਰ ਸਾਹਿਬ ਪਹੁੰਚੇ ਨੇ ਸਾਰੀ ਵਿਥਿਆ ਦੱਸੀ ਹੈ ਗੁਰੂ ਸਾਹਿਬ ਜੀ ਦੇ ਸੀਸ ਨੂੰ ਦਾ ਸੰਸਕਾਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਧਰ ਉਹਨਾਂ ਦਾ ਧਾਰ ਹੈ ਜੀ ਦਿੱਲੀ ਜਿੱਥੇ ਸ਼ਹੀਦ ਕੀਤੇ ਨੇ ਉੱਥੇ ਪਿਆ ਉੱਥੇ ਗੁਰੂ ਕਾ ਸਿੱਖ ਲੱਖੀ ਸ਼ਾਹ ਨਜ਼ਾਰਾ ਉਸਨੇ ਚੁੱਕ ਕੇ ਜਿੱਥੇ ਗੁਰਦੁਆਰਾ ਸਾਹਿਬ ਰਾਮਗੰਜ ਹੈ ਉੱਥੇ ਉਹਦਾ ਘਰ ਸੀ ਆਪਣੇ ਘਰ ਵਿੱਚ ਰੱਖ ਕੇ ਅੱਗ ਲਗਾ ਦਿੱਤੀ ਸੰਸਕਾਰ ਵਾਸਤੇ ਘਰ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਇੱਕ ਬੜਾ ਵੱਡਾ ਸ਼ਾਹੂਕਾਰ ਸੀ ਜਿਹਨਾਂ ਦੇ ਉਸ ਸਮੇਂ ਗੱਡੇ ਚੱਲਦੇ ਸੀ ਵਪਾਰ ਦੇ ਰੋਜ਼ ਦੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਲੈ ਗਿਆ ਜਿੱਥੇ ਗੁਰੂ ਸਾਹਿਬ ਜੀ ਦਾ ਸੰਸਕਾਰ ਕੀਤਾ ਉਹ ਜਗ੍ਹਾ ਗੁਰਦੁਆਰਾ ਰਾਮਗੰਜ ਸਾਹਿਬ ਹੈ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਰਦਾਸ ਵਿੱਚ ਇਹ ਲਫ਼ਜ਼ ਆਖੇ ਨੇ ਕਿ ਗੁਰੂ ਸਾਹਿਬ ਜੀ ਸਭ ਥਾਈਂ ਸਹਾਇ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਛੋਟੀ ਉਮਰ ਵਿੱਚ ਹੀ ਜੋਤੀ ਜੋਤ ਸਮਾਏ ਤੇ ਜਦੋਂ ਸਿੱਖਾਂ ਨੇ ਪੁੱਛਿਆ ਆਖਿਆ ਬਾਬਾ ਜੀ ਸਾਨੂੰ ਕਿਸ ਦੇ ਲੱਟ ਲਾ ਚੱਲਿਓ ਆਖਿਆ ਬਾਬਾ ਬਕਾਲੇ ਕਿਉਂਕਿ ਰਸਤੇ ਵਿੱਚ ਉਹਨਾਂ ਦੇ ਬਾਬਾ ਜੀ ਲੱਗੇ ਸਨ ਗੁਰੂ ਤੇਗ ਬਹਾਦਰ ਉਸ ਟਾਈਮ ਪਖੰਡੀ ਅੱਜ ਦੀ ਤਰ੍ਹਾਂ 22 ਮੰਜੀਆਂ ਲਾ ਕੇ ਬੈਠ ਗਏ ਸੀ ਗੁਰੂ ਬਣ ਕੇ ਅੱਜ ਡੇਰੇ ਖੁੱਲੇ ਨੇ ਉਦੋਂ ਵੀ ਬਕਾਲੇ ਦੀ ਧਰਤੀ ਤੇ ਵਾਹਿਗੁਰੂ ਗੁਰੂ ਬਣ ਬੈਠੇ ਇੱਧਰ ਗੁਰੂ ਜੀ ਜਲ ਵਿੱਚ ਵੀ ਥਲ ਵਿੱਚ ਵੀ ਆਕਾਸ਼ ਵਿੱਚ ਵੀ ਜਿੱਥੇ ਕੋਈ ਯਾਦ ਕਰਦਾ ਹੈ ਉੱਥੇ ਹਾਜ਼ਰ ਹੁੰਦੇ ਨੇ ਤਾਂ ਹੀ ਆਖਿਆ ਸਭ ਥਾਈ ਹੋਏ ਸਹਾਰ ਇੱਧਰ ਇੱਕ ਮੁਸ਼ਕਲ ਆ ਗਈ ਭਾਈ ਮੱਖਣ ਸ਼ਾਹ ਲਵਾਣੀ ਨੂੰ ਉਹਦਾ ਜਹਾਜ਼ ਬਰੇਤੇ ਵਿੱਚ ਫਸ ਗਿਆ ਜਿਹੜਾ ਇੱਕ ਬੜਾ ਵੱਡਾ ਸ਼ਾਹੂਕਾਰ ਸੀ ਵਪਾਰੀ ਸੀ ਜਿਹਦੇ ਬੇੜੇ ਚੱਲਦੇ ਸੀ ਜਹਾਜ਼ ਚੱਲਦੇ ਸੀ ਸਮੁੰਦਰੀ ਹੁਣ ਗੁਰੂ ਨਾਨਕ ਦੀ ਜੋਤ ਦਾ ਧਿਆਨ ਧਰ ਕੇ ਤੇ ਕਹਿੰਦਾ ਮੈਂ ਆਪਣੇ ਦਸਵੰਧ ਵਿੱਚੋਂ ਆਪਣੀ ਰਕਮ ਵਿੱਚੋਂ ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਇੱਦਾਂ ਹਿੱਸਾ ਗੁਰੂ ਜੀ ਤੈਨੂੰ ਭੇਟ ਕਰਾਂਗਾ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰਾ ਜਹਾਜ਼ ਬੰਨੇ ਲਾਓ ਮੇਰਾ ਇਹ ਬੇੜਾ ਬੰਨੇ ਲਾਓ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਰਦਾਸ ਸੁਣੀ ਤੇ ਉਸਦਾ ਬੰਨਾ ਬੇੜਾ ਬੰਨੇ ਲਾਇਆ ਹੁਣ ਗੁਰੂ ਦੀ ਭਾਲ ਕਰਦਾ ਹੈ ਕਿ ਗੁਰੂ ਕਿੱਥੇ ਲੱਭੀਏ ਉੱਥੇ ਤਾਂ 22 ਗੁਰੂ ਬਣੇ ਬੈਠੇ ਨੇ ਸਾਰਿਆਂ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਦਾ ਹੈ ਤੇ ਅੱਗੋਂ ਸਰੋਪੇ ਪਾਉਂਦੇ ਨੇ ਸਤਿਕਾਰ ਕਰਦੇ ਨੇ ਕਿ ਸ਼ਾਹੂਕਾਰ ਆਇਆ ਆਖਿਆ ਇੱਥੇ ਕੋਈ ਹੋਰ ਵੀ ਗੁਰੂ ਹੈ ਮੱਖਣ ਸ਼ਾਹ ਲਵਾਣੀ ਨੇ ਪੁੱਛਿਆ ਆਖਿਆ ਹਾਂ ਇੱਕ ਤੇਗਾ ਤੇਗਾ ਹੈ ਜੋ ਜ਼ਿਆਦਾ ਸਮਾਂ ਆਪਣੇ ਅੰਦਰ ਹੀ ਰਹਿੰਦੇ ਨੇ ਘੱਟ ਹੀ ਬੋਲਦੇ ਨੇ ਤੇ ਮੈਂ ਤੁਹਾਡੀ ਇਹ ਦੱਸ ਦੇਵਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਪਹਿਲਾ ਨਾਮ ਸੀ ਨਾ ਤਿਆਗ ਮਨ ਸੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਇਆ ਜਦੋਂ ਉਹਨਾਂ ਨੇ ਜੰਗ ਦੇ ਵਿੱਚ ਤੇਗ ਵਾਏ ਸੀ ਉਦੋਂ ਛੇਵੇਂ ਪਾਤਸ਼ਾਹ ਜੀ ਨੇ
कह दिता सी तू तेग बहादुर है ता उन्हें तेग बहादुर कह लगा। हूँ जो गुरु जी ने त्याग मल गुरु तेग बहादुर महाराज जी ने दो मोहरा रख के मत्था टेकिया कट कट के अंतर की ज्ञान भले बुरे की पीर पछाण गुरु तेग बहादुर महाराज सिंह जी ने आख्या सिखा औखे टाइम से ता तू अपना मोढ़ा उखाया आख्या जख्म अजे भी हले हन तू दसवंध कह गए दो मोहरा बेटा कर रहे ही अज वर्गा मीडिया नहीं सी मक्खन शाल वाड़े ने कोठे ते चढ़ के अपना पल्ला फेर के आख्या गुरु लादो रे मैनू पूरा गुरु लग पिया है इस तरह प्रगट किया। गुरु नानक की नौवीं जोत जिन्होंने हिंदू धर्म की रक्षा वास्ते अपना शीश दिता है सतगुरु थारे होए सहाय सतगुरु थारे होए सहाय तेग बहादुर सिमरिए कर नाम लियावै तार Oh,
ਕਹਿੰਦੇ ਖਿਮਾ ਦਾ ਜਾ ਚੁੱਕਾ ਹੋਈਆਂ ਬੁਲਾਂ ਦੀ ਖਿਮਾ ਕਰਨ ਕੀਰਤਨ ਦਾ ਸਤਿਕਾਰ ਕਰਦੇ ਹਾਂ ਗੁਰੂ ਪ੍ਰੇਮੀਆਂ ਸਤਸੰਗੀਆਂ ਵੱਲੋਂ ਬੇਅੰਤ ਮਾਇਆ ਭੇਟਾ ਹੋਈ ਹੈ ਸਭ ਨੂੰ ਜੀ ਹਾਜ਼ਰੀਆਂ ਪ੍ਰਵਾਨ ਕਰਨ ਖਜ਼ਾਨੇ ਭਰਪੂਰ ਕਰਨ ਆਓ ਹੁਣ ਭਾਈ ਸਾਹਿਬ ਭਾਈ ਗੁਰਜੰਦ ਸਿੰਘ ਬੇਰਾਗੀ ਦੇ ਚੁੱਕੋਂ ਆਪਾਂ ਸ਼ਬਦ ਕੀਰਤਨ ਸਰਵਣ ਕਰਾਂਗੇ 2:15 ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।